ਜੋ ਕੰਮ ਤੁਹਾਡੇ ਰਹਿਬਰ ਨੇ ਕੀਤੇ ਕਿਸੇ ਯੁੱਗ ਦੀ ਮਿਸਾਲ ਨਹੀਂ ਹੈ। ਭਾਵੇਂ ਸਾਰੀ ਦੁਨੀਆ ਘੁੰਮ ਲਿਓ ਪਰ ਜੰਗਲਾਂ ਤੇ ਦੇਖੋ ਜਾ ਕੇ ਬੜੇ ਬੜੇ ਤਲਾਬ ਬਣਾਏ ਵੇ, ਪਾਣੀ ਵਾਲੀਆਂ ਗੋਲੀਆਂ, ਰਾਸ਼ਨ ਵਾਲੀਆਂ ਖੇੜਾਂ, ਭੱਠੀਆਂ ਜਿਹਨਾਂ ਦਾ ਅੰਤ ਨਹੀਂ ਹੋਇਆ। ਉਹ ਕੰਮ ਕੀਤੇ ਜਿਹੜੇ ਕੋਈ ਆਮ ਬੰਦਾ ਸੋਚ ਵੀ ਨਹੀਂ ਸਕਦਾ। ਉਹ ਕੰਮ ਕਰਕੇ ਦਿਖਾਏ ਜਿਹੜਾ ਆਮ ਬੰਦਾ ਕੋਈ ਕਰ ਵੀ ਨਹੀਂ ਸਕਦਾ। ਉਹ ਕੰਮ ਕੀਤੇ ਜਿਹੜਾ ਕਿਸੇ ਯੁੱਗ ਦੀ ਮਿਸਾਲ, ਉਹ ਕੰਮ ਕੀਤੇ ਜਿਹੜਾ ਬੰਦਾ ਕਰੇ ਸੋਚ ਵੀ ਨਹੀਂ ਸਕਦਾ। ਜੇ ਦੂਣਾ ਮਿਲਦਾ ਤਾਂ ਸ਼ਾਇਦ ਮੈਂ ਵੀ ਜਾਂਦਾ ਬਾਤਾਂ ਪਾਵਾਂ, ਮਹਿਮਾਂ ਦੇ ਸਵਾਲ ਖੜੇ। ਜੇ ਦੂਣਾ ਮਿਲਦਾ ਮੈਨੂੰ ਸਤਿਗੁਰ ਪਿਆਰੇ, ਮੈਂ ਵੀ ਦੁਨੀਆ ਦੇ ਜਿਗਰ ਵਿੱਚ ਪਿਆ ਹੁੰਦਾ। ਜੇ ਦੂਣਾ ਮਿਲਦਾ ਮੇਰੇ ਸਤਿਗੁਰ ਜੀ, ਮੈਂ ਵੀ ਯਾਦਾਂ ਬਾਤਾਂ ਦੇ ਚੱਕਰ ਵਿੱਚ ਪਿਆ ਹੁੰਦਾ। ਜੇ ਦੂਣਾ ਮਿਲਦਾ ਮੇਰੇ ਸਤਿਗੁਰ ਪਿਆਰੇ, ਮੈਂ ਵੀ ਵੰਡੀਆਂ ਪਾ ਕੇ ਰੱਬ ਮੰਨ ਲੈਂਦਾ। ਉਹ ਜੇ ਦੂਣਾ ਮਿਲਦਾ ਮੈਨੂੰ ਮੇਰੇ ਸਤਿਗੁਰ ਪਿਆਰੇ, ਮੈਂ ਵੀ ਵੰਡੀਆਂ ਪਾ ਕੇ ਰੱਬ ਮੰਨ ਲੈਂਦਾ। ਸਤਿਗੁਰ ਪਿਆਰੇ, ਮੈਂ ਵੀ ਜਾਂਦਾ ਪਤਾ ਵਿੱਚ ਰੱਬ ਮੰਨ ਲੈਂਦਾ। ਜੇ ਤੂੰ ਮਿਲ, ਜੇ ਉਹਨਾਂ ਮਿਲਦਾ ਤਾਂ ਆਪਣੇ ਆਪਣੇ ਝੰਡੇ ਡੰਡੇ ਕੱਢ ਕੇ ਬਹਿ ਜਾਣਾ ਸੀ। ਔਰ ਮੇਰੀ ਯਾਦ ਤਾਂ ਮੇਰੇ ਪਾਲ ਵਿੱਚ ਆ, ਮੇਰੀ ਯਾਦ ਵਿੱਚ ਮੇਰਾ ਰੱਬ। ਰੱਬ ਦੀ ਤਾਂ ਕੋਈ ਯਾਦ ਹੀ ਨਹੀਂ ਹੈ। ਚੌ ਬਰਨਾ ਧਰਮਾ ਸਭ ਇੱਕ ਸਮਾਨ, ਦੂਜਾ ਨਾ ਕੋਈ। ਉਹ ਕਹਿੰਦਾ ਮੈਂ ਤਾਂ ਹੱਕ। ਜੇ ਤੂੰ ਹੋਣਾ ਮਿਲਦਾ ਮੇਰੇ ਮੁਰਸ਼ਦ ਜੀ, ਜੇ ਤੂੰ ਨਾ ਮਿਲਦਾ ਮੇਰੇ ਮੁਰਸ਼ਦ ਜੀ, ਨਾ ਹੁੰਦਾ ਜੇ ਦਿਲ ਮਾਣੀ ਦਾ ਕੋਈ ਸਹਾਰਾ ਵੇ। ਜੇ ਦੂਣਾ ਮਿਲਦਾ ਮੇਰੇ ਮੁਰਸ਼ਦ ਜੀ, ਨਾ ਹੁੰਦਾ ਮੇਰਾ ਕੋਈ ਟਿਕਾਣਾ ਵੇ। ਜੇ ਦੂਣਾ ਹੁੰਦਾ ਮੇਰੇ ਮੁਰਸ਼ਦ ਜੀ, ਤਾਂ ਕੌਣ ਸੁਣਦਾ ਮੇਰੀਆਂ ਫਰਿਆਦਾਂ ਵੇ। ਜੇ ਤੂੰ ਨਾ ਹੁੰਦਾ ਮੇਰੇ ਮੁਰਸ਼ਦ ਜੀ, ਕੌਣ ਜੰਗਲਾਂ ਸੈਰ ਕਰਾਉਂਦਾ ਵੇ। ਜੇ ਤੂੰ ਨਾ ਮਿਲਦਾ ਮੈਨੂੰ ਸਤਿਗੁਰ ਪਿਆਰੇ, ਕੌਣ ਬੇੜਾ ਮੇਰਾ
ਕਰ ਲੈ ਜਤਨ ਹਜ਼ਾਰ ਪੰਛੀ ਨੇ ਉੱਡ ਜਾਣਾ ਸੁਣ ਬੰਦਿਆ ਤੂੰ ਕਰ ਲੈ ਜਤਨ ਹਜ਼ਾਰ।